ਸਾਊਥ ਅਫਰੀਕਾ ਦੇ ਨੋਟ ਜਿਹੜੇ ਮੇਰੀ ਕਲੈਕਸ਼ਨ ਵਿੱਚ ਸ਼ਾਮਲ ਨੇ ਇਹ ਨੋਟ ਸਾਊਥ ਅਫਰੀਕਾ ਦੇ 200 ਰੈਂਡ ਦਾ ਸਾਊਥ ਅਫਰੀਕਾ ਦੀ ਕਰੰਸੀ ਦਾ ਨਾਮ ਰੈਂਡ R A N D ਯਾ ਤੇ ਇਹ ਉਹਦੇ 200 ਦਾ ਨੋਟਾ ਸਾਊਥ ਅਫਰੀਕਾ ਰਿਜ਼ਰਵ ਬੈਂਕ ਤੇ ਇਹਦੇ ਉੱਤੇ ਇਹ ਇਹ ਜਿਹੜੀ ਫੋਟੋ ਆ শেয়ার ਦੀ ਆ ਤੇ ਇੱਥੇ ਸ਼ੇਰ ਦਰਖਤ ਤੇ ਬੈਠਾ ਸ਼ੇਰ ਕਹ ਲਓ ਜਾਂ ਟਾਈਗਰ ਕਹ ਲਓ ਟਾਈਗਰ ਆ ਤੇ ਉਹਦੀ ਫੋਟੋ ਲਾਈ ਗਈ ਆ ਸਾਊਥ ਅਫਰੀਕਾ ਦੇ 200 ਰੈਂਡ ਦੇ ਨੋਟ ਤੇ ਆ ਲਿਖਿਆ ਹੋਇਆ 200 ਰੈਂਡ ਤੇ ਇਹ ਆ ਦੀ ਦੂਸਰੀ ਸਾਈਡ ਆ ਹੋਸੇ ਨੋਟ ਦੀ ਤੇ ਇਹਦੇ ਉੱਤੇ ਇੱਕ ਬ੍ਰਿਜ ਆ ਇਹ ਬਣਾਇਆ ਹੋਇਆ ਤੇ ਇਹ ਪਿਕਚਰ ਤੋਂ ਪਤਾ ਲੱਗਦਾ ਵੀ ਸਾਊਥ ਅਫਰੀਕਾ ਦੇ ਵਿੱਚ ਰੇਗਿਸਤਾਨ ਆ ਜਿਹੜੀ ਪਿਕਚਰ ਇਹ ਰੇਗਿਸਤਾਨ ਦੀ ਪਿਕਚਰ ਆ ਤੇ 200 ਰੈਂਡ ਸਾਊਥ ਅਫਰੀਕਾ ਤੇ ਉਸ ਤੋਂ ਅਗਲਾ ਨੋਟ ਆ ਜਿਹੜਾ ਉਹ ਆ 100 ਰੈਂਡ ਤੇ ਇਸ ਨੋਟ ਦੇ ਉੱਤੇ ਜਿਹੜੇ ਗਵਰਨਰ ਦੇ ਸਾਈਨ ਨੇ ਉਹ ਤੁਸੀਂ ਗੈਸ ਕਰੋ ਕਿ ਕਿਸ ਦੇ ਨੇ ਆ ਲਿਖੇ ਹੋਇਆ ਤੇ ਇਹਦੇ ਉੱਤੇ ਪਿਕਚਰ ਲੱਗੀ ਹੋਈ ਆ ਅ ਮੱਝ ਦੀ ਪਿਕਚਰ ਆ ਇਹ ਪ੍ਰੋਫਾਈਲੋ ਇੱਥੇ ਦੋ ਦੋ ਨੇ ਇਹ ਆ ਦੀ ਇਹ ਦੇ ਵਿੱਚ ਇਹ ਨਾਟ ਵਿੱਚ ਉਹਨਾਂ ਨੇ ਇਸ ਤਰ੍ਹਾਂ ਦਿਖਾਇਆ ਹੋਇਆ ਵੀ ਅ ਜਿਹੜਾ ਜਾਨਵਰ ਇੱਧਰ ਦਿਖਾਇਆ ਉਹਦੀ ਵੱਡੀ ਫੋਟੋ ਇੱਥੇ ਲਾਈ ਗਈ ਆ ਮੂੰਹ ਦੀ ਜਿਵੇਂ ਇਸ ਦੇ ਵਿੱਚ ਸੀ ਇਹ ਉਹਦੀ ਪਿਕਚਰ ਆ ਜੀ ਜੀ ਉਹਦਾ ਕੱਲੇ ਮੂੰਹ ਦੀ ਪਿਕਚਰ ਆ ਇਹ ਤੇ ਇਸੇ ਤਰ੍ਹਾਂ ਇਹ ਹੈ 100 ਤੇ ਇਹ ਉਹਦੀ ਦੂਸਰੀ ਸਾਈਡ ਆ ਜਿਹਦੇ ਉੱਤੇ ਇਹ ਜਾਇਵਰੇ ਜਾ ਰਹੇ ਨੇ ਤੇ ਆਮ ਅਗਰ ਛੋਟੇ-ਛੋਟੇ ਪਹਾੜ ਨੇ ਸਾਊਥ ਅਫਰੀਕਾ 100 ਤੇ ਇਹਨਾਂ ਤੋਂ ਇਲਾਵਾ ਜਿਹੜਾ ਅਗਲਾ 100 ਦਾ ਨੋਟ ਆ ਉਹ ਇਹ ਆ ਇਹਦੇ ਉੱਤੇ ਵੀ ਸਿਗਨੇਚਰ ਸੇਮ ਹੀ ਨੇ ਤੇ ਇਹਦੇ ਉੱਤੇ ਆ ਬੈਕ ਸਾਈਡ ਦੇ ਉੱਤੇ ਉਹਨਾਂ ਨੇ ਜਿਹੜਾ ਪਹਿਲਾਂ ਨੋਟਾਂ ਦੇ ਉੱਤੇ ਫੋਟੋਆਂ ਲਾਉਂਦੇ ਹੁੰਦੇ ਸੀ ਉਹ ਬੈਕ ਸਾਈਡ ਤੇ ਕਰਤੇ ਆਹ ਜਿਵੇਂ ਤੇ ਇਹ ਜਿਹੜੇ ਬੰਦੇ ਦੀ ਫੋਟੋ ਆ ਇਹ ਇਹਨਾਂ ਦਾ ਹੀਰੋ ਆ ਸਾਊਥ ਅਫਰੀਕਾ ਦਾ ਨਰਸਨਲ ਮੰਡੇਲਾ ਤੇ ਇਹਨਾਂ ਦਾ ਰਾਸ਼ਟਰਪਤੀ ਵੀ ਰਿਹਾ ਇਹ ਬਹੁਤ ਹੀ ਮਸ਼ਹੂਰ ਵਿਅਕਤੀ ਆ ਇਹ ਵਰਲਡ ਦੇ ਵਿੱਚ ਜਿਹਦੇ ਬਾਰੇ ਤੁਸੀਂ ਸਾਰੀ ਜਾਣਦੇ ਹੋ ਤੇ ਇਸ ਨੋਟ ਦੀ ਬੈਕ ਸਾਈਡ ਦੇ ਉੱਤੇ ਇਹ ਫੋਟੋ ਆ ਆ ਦੇਖੋ ਆ ਮੱਝ ਖੜੀ ਆ ਇਹਦਾ ਜਿਹੜਾ ਮੂੰਹ ਆ ਵੱਡਾ ਕਰਕੇ ਇੱਧਰ ਲਾਤਾ ਤੇ ਸੇਮ ਬਸ ਫਰਕ ਇੰਨਾ ਕੁ ਜਿਵੇਂ ਆ ਤੁਸੀਂ ਦੇਖ ਸਕਦੇ ਹੋ ਇੰਨਾ ਕੁ ਫਰਕ ਲੱਗਦਾ ਏ ਫੋਟੋ ਸੇਮ ਹੀ ਆ ਤੇ ਇਹ 100 ਦੇ ਨੋਟ ਤੋਂ ਅਗਲਾ ਨੋਟ ਆ ਜਿਹੜਾ ਉਹ ਹੈਗਾ ਇਹ 50 ਦਾ ਇਹਦੇ ਉੱਤੇ ਇਹ ਸ਼ੇਰ ਪਾਣੀ ਪੀ ਰਹੇ ਨੇ ਆ ਜਿਵੇਂ ਤੁਸੀਂ ਦੇਖ ਰਹੇ ਹੋ ਮਾਗਰ ਟਰੀ ਨੇ ਜਿਹਦਾ ਮਤਲਬ ਜੰਗਲ ਜੰਗਲਾਂ ਦੇ ਵਿੱਚ ਕਿਸੇ ਨਦੀ ਦੇ ਵਿੱਚੋਂ ਜਾਂ ਜਿੱਥੇ ਪਾਣੀ ਹੈਗਾ ਉੱਥੋਂ ਇਹ ਸ਼ੇਰ ਪਾਣੀ ਪੀ ਰਹੇ ਨੇ ਤੇ ਇਹ ਉਹਨਾਂ ਦੇ ਉਹਨਾਂ ਦਾ ਇੱਕ ਦੀ ਫੋਟੋ ਆ ਫਰੰਟ ਦੀ ਤੇ ਇਹਦੇ ਵਿੱਚ ਤੁਹਾਨੂੰ ਇੱਕ ਹੋਰ ਗੱਲ ਦੱਸਣਾ ਜਿਹੜੇ ਇਹਦੇ ਵਿੱਚ ਆਹ ਆ ਇੱਥੇ ਇੱਥੇ ਦੇਖਿਓ ਇਹਦੇ ਵਿੱਚ ਵੀ ਸ਼ੇਰ ਦੀ ਪਿਕਚਰ ਆਉਂਦੀ ਆ ਆ ਦੇਖੋ ਤੇ ਇਸੇ ਤਰ੍ਹਾਂ ਇਸ ਨੋਟ ਵਿੱਚ ਇਸ ਦੀ ਉਹਦੇ ਵਿੱਚ ਏਸ ਦੀ ਕੋਟਵਾਲ ਹੋਊਗੀ ਤੇ ਇਹਦੇ ਵਿੱਚ ਨੈਸ਼ਨਲ ਮੰਡੇਲਾ ਦੀ ਤੇ ਇਹਦੇ ਚ ਇਹ ਸਮਝ ਦੀ ਤੇ ਆ ਉਹਦੀ ਦੂਸਰੀ ਸਾਈਡ ਆ ਇਹ ਬਿਲਡਿੰਗਾਂ ਜਿਵੇਂ ਤੁਹਾਨੂੰ ਦਿਖਾਈ ਦੇ ਰਹੀਆਂ ਨੇ ਤੇ ਇਹ 50 ਦਾ 50 ਰੈਂਡ ਦਾ ਨੋਟ ਆ ਉਸ ਤੋਂ ਅਗਲਾ ਹੈਗਾ ਇਹ ਇਹ ਵੀ 50 ਦਾ ਉਸੇ ਤਰ੍ਹਾਂ ਇਹ ਉਹੀ ਪਿਕਚਰ ਤੇ ਦੇ ਵਿੱਚ ਇੱਥੇ ਇਹਦੀ ਨੈਸ਼ਨਲ ਮੰਡੇਲਾ ਦੀ ਤੇ ਆਹ ਜਿਵੇਂ ਜਾਨਵਰ ਆਹ ਸਾਰੇ ਤੇ ਇੱਥੇ ਕੁਝ ਰਿਐਕਟਿਵ ਬਣਾਏ ਗਏ ਨੇ ਆਹ ਬਣਾਏ ਹੋਏ ਨੇ ਆ ਸਾਰੇ ਇਹ ਜਿਹੜਾ ਇਹਨਾਂ ਦੇ ਸਕਾਰ ਖੇਡਦੇ ਨੇ ਤੇ ਸਾਈਨ ਉਸੇ ਤਰ੍ਹਾਂ ਤੇ ਇਧਰਲੀ ਸਾਈਡ ਦੇ ਉੱਤੇ ਇਹ ਸ਼ੇਰ ਆ ਤੇ ਇਹ ਉਹਦੀ ਇਕੱਲੇ ਮੂੰਹ ਦੀ ਪਿਕਚਰ ਤੇ ਇਸ ਤੋਂ ਬਾਅਦ ਹੈਗਾ 20 ਦਾ ਨੋਟ ਇਹ ਵੀ ਨੈਸ਼ਨਲ ਮੰਡੇਲਾ ਇਹ ਜਿਵੇਂ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਵੀ ਇੱਥੇ ਉਸੇ ਦੀ ਫੋਟੋ ਆ ਬੈਕਸ਼ਾਈਡ ਤੋਂ ਉਤਰਨ ਸਾਰਾ ਤੁਸੀਂ ਦੇਖ ਸਕਦੇ ਹੋ ਤੇ ਇਹਦੀ ਦੂਸਰੀ ਸਾਈਡ ਉਹਦੇ ਉੱਤੇ ਹਾਥੀ ਦੀ ਪਿਕਚਰ ਆ ਹਾਥੀ ਆ ਤੇ ਇਹਦੇ ਮੂੰਹ ਦੀ ਪਿਕਚਰ ਆ ਉਹ ਉਸੇ ਤਰ੍ਹਾਂ ਜਿਵੇਂ ਹੈਰਨਾ ਦਾ ਸਕਾਰ ਕਰ ਰਹੇ ਨੇ ਸਾਊਥ ਅਫਰੀਕਾ ਦੇ ਲੋਕ ਆ ਹੈਰਨ ਭਜਿਆ ਜਾਂਦਾ ਆ ਤੀਰ ਕਮਾਨ ਚੱਕੇ ਹੋਏ ਨੇ ਉਹਨਾਂ ਨੇ ਇਹ ਬੀ ਰੈਂਡ ਦਾ ਨੋਟ ਸਾਊਥ ਅਫਰੀਕਾ ਦਾ ਤੇ ਇਸ ਤੋਂ ਅਗਲਾ ਨੋਟ ਵੀ 20 ਦਾ ਹੀ ਆ ਇਹ ਤੇ ਇਸ ਨੋਟ ਵਿੱਚ ਇਹ ਤਿੰਨ ਹਾਥੀ ਨੇ ਜਿਵੇਂ ਫੈਮਿਲੀ ਆ ਉਹਨਾਂ ਦੀ ਤੇ ਇਹ ਹਾਥੀ ਦੀ ਇਕੱਲੇ ਮੂੰਹ ਦੀ ਪਿਕਚਰ ਵੱਡੀ ਕਰਕੇ ਲਾਈ ਹੋਈ ਆ ਜ ਜਣੇ ਜਾਂ ਇਹ ਕਹਿ ਲਓ ਵੀ ਤੁਸੀਂ ਜਿਹੜੇ ਜਾਨਵਰ ਦੀ ਫੋਟੋ ਇੱਥੇ ਵੱਡੇ ਮੂੰਹ ਦੀ ਆ ਤਾਂ ਉਹ ਬੈਕ ਤੇ ਉਹ ਬੈਕ ਤੇ ਉਹਦੀ ਫੋਟੋ ਆ ਤੇ ਇਹ ਉਹਦੀ ਬੈਕ ਸਾਈਡ ਉਸੇ ਨੋਟ ਦੀ ਇਹ ਵੀ B ਰੈਂਡ ਦਾ ਨੋਟ ਆ ਇਸ ਤੋਂ ਅਗਲਾ ਨੋਟ ਹੈਗਾ 10 ਦਾ ਤੇ ਇਹਦੇ ਤੇ ਵੀ ਸੇਮ ਉਹ ਮੀ ਪਿਕਚਰ ਲੱਗੀ ਹੋਈ ਆ ਨੈਸ਼ਨਲ ਮੰਡੇਲਾ ਜੀ ਦੀ ਜੇ ਸਾਊਥ ਅਫਰੀਕਾ ਦਾ ਹੀਰੋ ਆ ਰੀਅਲ ਹੀਰੋ ਨਾਲ ਇਹ ਬੰਦੇ ਨੇ ਬਹੁਤ ਕੁਰਬਾਨੀ ਕੀਤੀ ਆ ਆਪਣੇ ਦੇਸ਼ ਲਈ ਤੇ ਇਹ ਦੇ ਬੈਕ ਸਾਈਡ ਉਹੀ ਉਹ ਜਾਨਵਰ ਦੀ ਵੱਡੀ ਮੂੰਹ ਦੀ ਪਿਕਚਰ ਹੈ ਇੱਧਰ ਬਹੁਤ ਹੀ ਖੂਬਸੂਰਤ ਨੋਟ ਆ ਇਹ ਤੇ ਇਹ 10 ਦਾ 10 ਇਸ ਤੋਂ ਅਗਲਾ ਨੋਟ ਉਹ ਵੀ 10 ਦਾ ਇਹ ਉਹੀ ਸਾਰੀ ਉਹ ਫੈਮਿਲੀ ਆ ਇਹ ਉਹਦੀ ਕੱਲੇ ਦੀ ਪਿਕਚਰ ਲੱਗੀ ਹੋਈ ਆ ਦਾ ਮੂੰਹ ਦੀ ਤੇ ਇਹ ਉਹਦੀ ਬੈਕ ਸਾਈਡ ਇਹ ਵੀ ਜਿਵੇਂ ਸਾਰੀਆਂ ਮੱਝਾਂ ਕਾਮਾਂ ਨੇ ਤੇ ਇਸ ਤੋਂ ਬਾਅਦ ਜਿਹੜਾ ਆਖਰੀ ਨੋਟ ਆ ਮੇਰੇ ਕੋਲ ਉਹ ਹੈਗਾ ਇੱਕ ਰੈਂਡ ਦਾ ਉਹ ਇਹ ਆ ਇੱਕ ਪੁਰਾਣਾ ਨੋਟ ਆ ਤੇ ਇਹਦੀ ਬੈਕ ਸਾਈਡ ਉਹ ਇਸ ਤਰ੍ਹਾਂ ਦੀ ਹੈ ਤੇ ਇਸ ਤੋਂ ਬਾਅਦ ਮਿਲਦੇ ਹਾਂ ਕਿਸੇ ਹੋਰ ਕੰਟਰੀ ਦੇ ਨੋਟਾਂ ਨਾਲ ਓਕੇ ਬਾਏ